شاہ صاحب مجھے فرما رہے تھے کہ بڑی دیر تھی آپ سے ملنے کی خواہش میرا جاننا, مجھے بڑی خوشی ہوئی کہ آپ آئے, بڑی دیر کر دی مہربان آتے آتے. میں تو تقریر چھوڑنے ہی لگا تھا, میں نے دور جانا ہے تو اچھا بھی بیٹھ جائے بیٹا, بیٹھ جائے میرا چل, میری ماں نے بہ جائے بہ جائے کہ جوڑا جی بہ جائے لو یو میرا چل میرا چل نے بھائی تھوڑی ہوں جگہ کوئی نہیں اسٹیج تے اینے بندے بھی نہ پو کہ کلپ ہی نہ بن جائے, وہ کلپ ڈگ بھی پہ ہوتا اسٹیج بس کرو. میں بات کر رہا سا کہ ماں کی جڑی یاد ہے نا ہر بندے کی اکھ چانسو سی جدو میں بیان کر رہا سا, اور میں ایتھے جملہ کہہ رہا سا ہر بندہ اپنے گھر چ سوچ جا چکیا سی کہ ادھر توجہ بھی بھائی بیٹا ہوں توجہ بیٹھ چکا گل سنا. میں پہلا جلسہ ویکھیا کہ جتھے واہ میں کراں اکھڑ کے پھر اونجی بہ گئی, یہ بڑی محبت ہے اور جتنے دوست احباب جی شاہ صاحب نال محبت کرتے ہو, اسی شاہ صاحب تو پہلے لوگوں کو سمجھایا ہے کہ جدو درود پڑھنا ہے محمد و آل محمد تے پڑھنا, حضور دی آل تو بنا درود مکمل ہی نہیں ہوتی. میں گل کر رہا سا مدری وکھا کے بیٹا نیچے بیٹھ جاؤں, میرا زیور لے آیا گل بیوی کر دے راڈو لے آیا کہ نہیں گل یار کر دے, آئی فون لے آیا گل پت کر دے کنی وہ جڑے بیگما کول بہندے جے تے ماں دے کمرے دے اگوں لنگ جاندے جے کان کھول کے شیر سنیا جے, راڈو لے آیا کہ نہیں گل یار کر دے, آئی فون لے آیا گل پت کر دے, زیور لے آیا کہ نہیں گل بیوی کر دے, بریسلٹ لے آیا کہ نہیں گل بیوی کر دے, کنی چھٹیاں لے آیا گل ماں کر دے, اوے ماں تیرے صرف پیار دی پکھی تیرے ٹائم دی پکھے تیرے مکھڑے دی پکھے. اگلا گرد والا جملہ ہے, ایک سال ہور لالا گل بیوی کر دے, شہر مکان بنا لا گل پت کر دا, اسماعیل ویلی چ کوٹھی بنا لا گل پت کر دا, ستارا چ مکان بنا لا گل پت کر دا, میرا فیوچر بنا لا گل اولاد کر دے, ویزا ہور لوا لا گل پت کر دا. میں قطر جا رہا شارجہ دبئی ہفتے والے دن, تے میں بھی تانوں ایک ویزے دے متعلق گل سمجھا کے تے بات ختم کر دینی, ایک سال ہور لالا گل بیوی کر دی, مکان پلستر کرا لا گل اولاد کر دی, ساڈا فیوچر بنا لا گل اولاد کر دی, چھٹی لے کے تو آ جا گل ماں کر دی. کئی منڈے دو گھنٹے بھی ماں کو نہیں پہنتے, پانچ منٹ بھی نہیں پہنتے,
ਮੈਂ ਜੁਮਲਾ ਸੁਣਾ ਕੇ ਇਜਾਜ਼ਤ ਚਾਹਾਂਗਾ। ਟਾਈਮ ਬੜਾ ਹੋ ਗਿਆ, 2:30 ਦਾ ਟਾਈਮ ਹੋ ਗਿਆ ਵੇ, 2 ਘੰਟੇ ਦਾ ਮੈਂ ਟਾਰਗੇਟ ਲਾਇਆ ਸੀ ਤੇ 1:15 ਮੈਂ ਸ਼ੁਰੂ ਕੀਤਾ ਸੀ ਤੇ ਮੈਂ ਕਿਹਾ ਸੀ 2 ਘੰਟੇ ਬੋਲਣਾ ਹੈ ਤੇ 2:45 ਮੈਂ ਖਤਮ ਕਰ ਦੇਣੀ ਤੇ ਉਦੋਂ 2:30 ਦਾ ਟਾਈਮ ਹੋ ਗਿਆ ਵੇ। ਫਿਰ ਹੁਣ 2:45 ਟਾਰਗੇਟ ਮੇਰਾ ਪੂਰਾ ਹੋ, ਫਿਰ ਸ਼ਾਹ ਸਾਹਿਬ ਘੰਟਾ ਤੁਹਾਡੇ ਨਾਲ ਗੁਫ਼ਤਗੂ ਕਰਨਗੇ ਤੇ ਫਿਰ ਮੈਂ ਉਨੀ ਦੇਰ ਨੂੰ ਹਰ ਫਲੇ ਪਹੁੰਚ ਜਾਣਾ ਵੇ, ਕਿਉਂਕਿ ਗੱਡੀ ਮੇਰੀ ਬੜੀ ਸਪੀਡ ਨਾਲ ਚੱਲਦੀ ਹੈ ਪਰ ਪੈਟਰੋਲ ਜਨੇਦ ਨੇ ਪਾਉਣਾ ਵੇ। ਜਿੰਨੇ ਦੋਸਤ ਬਾਬਾ ਆਏ ਨੇ, ਮੇਰੇ ਚੰਨ ਮੱਖਣ ਆਏ ਨੇ, ਸ਼ਾਹ ਸਾਹਿਬ ਦੇ ਚੰਨ ਵੀ ਆਏ, ਤੁਹਾਡਾ ਬੇਟਾ ਵੀ ਨਾਲ ਆਇਆ, ਕੀ ਨਾਮ ਉਹਦਾ? ਮੇਰਾ ਚੰਨ ਬਾਬਰ ਸ਼ਫੀਕ ਸ਼ਫੀਕ ਖਾਦਮ ਨੇ, ਉਹਨਾਂ ਦੇ ਚੰਨ ਵੀ ਨਾਲ ਆਏ ਨੇ, ਚੰਨਾਂ ਦੇ ਚੰਨ ਆਏ ਨੇ। ਔਰ ਮੈਂ ਤੁਹਾਨੂੰ ਜਿੰਨੇ ਬੈਠੇ ਤੁਹਾਨੂੰ ਦੁਆ ਦੇਣ ਲੱਗਾ ਏ, ਤੁਸੀਂ ਮੇਰੇ ਚੰਨ ਜੇ, ਤੁਸੀਂ ਜਲਸਾ ਸੁਣ ਕੇ ਜਾਣਾ ਏ, ਜਾਓ ਤੁਹਾਡੀਆਂ ਬੀਵੀਆਂ ਸਾਰੀ ਉਮਰ ਕਹਿਣ ਤੁਹਾਨੂੰ ਬਿਸਮਿਲਾ ਵੈਲਕਮ ਟੂ ਬੈਕ ਹੋਮ, ਮੇਰਾ ਚੰਨ ਆਇਆ। ਅੱਜ ਜਿਨ੍ਹਾਂ ਦੀਆਂ ਨਹੀਂ ਹੈਗੀਆਂ ਉਹ ਵੇਖ ਬੋਲੇ ਨੇ, ਆਲੇ ਮੁਹੰਮਦ ਕੋਈ ਆਮ ਮਸਤੀ ਨਹੀਂ ਹੈ। ਇੱਥੇ ਤੇ ਮੈਂ ਸ਼ੇਰ ਪੜ੍ਹਦਾ ਹੁੰਦਾ ਨਾ, ਔਰ ਤੁਸੀਂ ਵੀ ਸੁਣੋ, ਮੈਂ ਕਹਿੰਦਾ ਕੋਈ ਦੀਨ ਮੁਹੰਮਦ ਦੀ ਦੀ ਵਰਗੀ, ਬੇਸ਼ੱਕ ਪਾਤਮਾ ਕਿਸੇ ਦਾ ਨਾ ਹੋਵੇ, ਜੰਮੀ ਪਲੀ ਜਿਹੜੀ ਗੈਰਤ ਦੇ ਪਰਦਿਆਂ ਵਿੱਚ, ਜਿਹਦੇ ਸਰ ਤੇ ਹੈਦਰ ਦੀ ਛਾਂ ਹੋਵੇ, ਮਦਨੀ ਹੈਦਰ ਕਰਾਰ ਦੀ ਹੋਵੇ ਬੀਵੀ, ਤੇ ਹਸਨ ਹੁਸੈਨ ਦੇ ਮਾਂ ਹੋਵੇ, ਇਵੇਂ ਤੇ ਨਹੀਂ ਜਾਣਦਾ ਜ਼ਮਾਨਾ, ਹੁਸੈਨ ਨੂੰ ਬੜੀਆਂ ਸ਼ਾਨਾ ਵਾਲਾਏ ਨਾਨਾ ਹੁਸੈਨ। ਹੁਣ ਇੱਥੇ ਕੁੜੀਆਂ ਟਿਕਟੋਕ ਤੇ ਮੁੰਡਿਆਂ ਨੂੰ ਆਉਂਦੀਆਂ ਨੇ, ਤੂੰ ਮੇਰੇ ਨਾਲ ਮੈਚ ਹਾਰ ਗਿਆ। ਮੈਂ ਮੁੰਡਿਆਂ ਨੂੰ ਕਹਿੰਦਾ ਉਤਰਿਓ, ਕੁੜੀਆਂ ਨਾਲ ਮੈਚ ਲਾ ਕੇ ਤੁਸੀਂ ਮਰਨਾ ਹੀ ਹੈ, ਸਾਰੀ ਕੌਮ ਤੇ ਬੁੜੀਆਂ ਨੂੰ ਵੇਂਦੀ, ਮੌਲਵੀ ਦਾ ਗੁੱਸਾ ਤਰੱਕਾ ਮੂੰਹ ਵੇਂਦੇ ਨੇ ਅਗਲੇ। ਓਏ ਤੁਹਾਨੂੰ ਮੈਂ ਹੱਥ ਜੋੜਨਾ, ਕੁੜੀਆਂ ਦਾ ਨਾਮ ਮੈਚ ਲਾਓ, ਉਹ ਮੁੜ ਕੇ ਪਨਿਸ਼ਮੈਂਟ 'ਚ ਤੁਹਾਡਾ ਮੂੰਹ ਕਾਲਾ ਕਰਾਉਂਦੀਆਂ, ਉਹਨਾਂ ਦਾ ਤੇ ਹੋਇਆ ਨਾਲ ਤਾਂ। ਉਹ ਸੱਚੀ ਗੱਲ, ਵਾਟ ਯੂਅਰ ਪ੍ਰੋਬਲਮ, ਤੇਰੀ ਤਾਂ ਲੋੜ ਹੈ, ਤੂੰ ਕਿੱਧਰ ਭੱਜਣ ਲੱਗਾ? ਜਲਸੇ ਦਾ ਮੁੰਤਜ਼ਮ ਮੇਰਾ ਚੰਨ, ਇੱਥੇ ਪੈ ਜਾ 2 ਮਿੰਟ, ਮੇਰਾ ਚੰਨ ਹਿੱਲੀ ਨਾ। ਜਲਸੇ ਤੋਂ ਪਹਿਲਾਂ ਮੌਲਵੀ ਨੂੰ ਜਲਸੇ ਵਾਲੇ ਵੇਂਦੇ ਨੇ, ਜਲਸੇ ਤੋਂ ਬਾਅਦ ਮੌਲਵੀ ਜਲਸੇ ਵਾਲਿਆਂ ਨੂੰ ਵੇਂਦਾ। ਹਾਂਜੀ, ਸੱਚੀ ਗੱਲ ਹੈ ਸ਼ਾਹ ਜੀ। ਔਰ ਅੱਜ ਵਾਅਦਾ ਕਰੋ, ਸ਼ਾਹ ਸਾਹਿਬ ਵਾਲੇ ਰਸੂਲ ਬੈਠੇ ਨੇ, ਇਹਨਾਂ ਦੇ ਮੈਂ ਹੱਥੋਂ ਹੱਥ ਪਾ ਕੇ ਤੜਕੋ ਵਾਅਦਾ ਲੈਣਾ ਹੈ, ਤੁਸੀਂ ਵੀ ਹੱਥ ਖੜੇ ਕਰੋ। ਔਰ ਆਲੇ ਮੁਹੰਮਦ ਦੀ ਦੀ ਜ਼ਹਰਾ ਪਾਕ ਦੇ ਸਰ ਦੀਆਂ ਜ਼ੁਲਫਾਂ ਦਾ ਵਾਲ ਸੂਰਜ ਨਹੀਂ ਤੱਕਿਆ, ਓਏ ਉਹਨਾਂ ਦੇ ਮੰਨਣ ਵਾਲਿਆਂ ਦੀਆਂ ਧੀਆਂ ਦਾ ਸਰ ਵੀ ਅਸੀਂ ਕਿਸੇ ਨੂੰ ਤੱਕਣ ਦੇਣਾ? ਯੇ ਆਲੇ ਰਸੂਲ ਕੀ ਮੌਜੂਦਗੀ ਮੇਂ ਮੈਨੇ ਵਾਅਦਾ ਇਸ ਲੀਏ ਲਿਆ ਹੈ, ਪਹਿਲੇ ਵੀ ਲੈ ਸਕਤਾ ਥਾ ਮਗਰ ਮੁਝੇ ਪਤਾ ਹੈ ਇਨਕੇ ਨਾਨਾ ਰਸੂਲ ਕੇ ਘਰ ਕੀ ਬਾਤ ਹੋ ਰਹੀ ਹੈ, ਔਰ ਯੇ ਸਾਰੇ ਆਲੇ ਮੁਹੰਮਦ ਕੇ ਮਾਨਨੇ ਵਾਲੇ ਲੋਗੋ, ਹਾਥ ਖੜੇ ਕਰਕੇ ਕਹਿ ਦੋ, ਸ਼ਰੀਅਤ ਚਲੇਗੀ ਤੋ ਜ਼ਹਰਾ ਕੇ ਬਾਬਾ ਕੀ ਚਲੇਗੀ, ਬਾਤ ਚਲੇਗੀ ਤੋ ਕੁਰਾਨ ਕੀ ਚਲੇਗੀ, ਕੀ ਮੁਹੰਮਦ ਸੇ ਵਫਾ ਤੂਨੇ ਤੋ ਹਮ ਤੇਰੇ ਹੈ। ਲਓ ਇੱਥੇ ਤੁਸੀਂ ਸ਼ਾਹ ਸਾਹਿਬ ਕੋਲੋਂ ਜਾਨ ਮੰਗੋ ਨਾ, ਹਜ਼ੂਰ ਦਾ ਸਿਰਫ ਦੀਨ ਅਪਣਾ ਲਓ, ਸ਼ਾਹ ਸਾਹਿਬ ਆਪਣੀ ਜਾਨ ਦੇ ਦੇਣ। ਹੁਸੈਨ ਪਾਕ ਨੇ ਕਰਬਲਾ ਮੇਂ ਯਹੀ ਤੋ ਬਤਾਇਆ ਥਾ
ਕਿ ਦੁਨੀਆ ਕੇ ਸਾਰੇ ਝੁਕਾਨੇ ਵਾਲੇ ਹੁਸੈਨ ਕਾ ਸਰ ਕਾਟ ਤੋ ਸਕਤੇ ਹੈ ਮਗਰ ਝੁਕਾ ਨਹੀਂ ਸਕਤੇ। ਅੱਲਾ ਨੇ ਕਹਾ ਹੁਸੈਨ ਯੇ ਸਰ ਕੋ ਝੁਕਾਨਾ ਚਾਹਤੇ ਹੈ ਇਸ ਲਈ ਕਾਟ ਰਹੇ ਮਗਰ ਆਪਣੇ ਹੱਥੋਂ ਸੇ ਨੇਜ਼ੇ ਪੇ ਲਗਾਏਂਗੇ ਸਰ ਫਿਰ ਵੀ ਤੇਰਾ ਹੀ ਉੱਚਾ ਨਜ਼ਰ ਆਏਗਾ। ਦੁਨੀਆ ਕੇ ਸਭ ਯਜ਼ੀਦ ਇਸੀ ਗਮ ਮੇ ਮਰ ਗਏ ਸਰ ਮਿਲ ਗਿਆ ਹੁਸੈਨ ਕਾ ਬੈਅਤ ਨਾ ਮਿਲੀ। ਮੈਂ ਪਾਕਿਸਤਾਨ ਮੇਂ ਐਲਾਨ ਕਰਤਾ ਹੂੰ ਕਿ ਜੋ ਆਲੇ ਮੁਹੰਮਦ ਕਾ ਮਾਨੀ ਹੈ ਉਸਕੀ ਬੇਟੀ ਟਿਕਟੋਕ ਪੇ ਬੇਪਰਦਾ ਨਹੀਂ ਆ ਸਕਤੀ। ਕਿਉਂ ਸਰਦਾਰ ਦੀ ਧੀ ਅਲੀ ਪਾਕ ਦੀ ਬੇਟੀ ਹਜ਼ੂਰ ਦੀ ਦੋਤਰੀ ਜੰਨਤ ਦੇ ਸਰਦਾਰ ਦੀ ਭੈਣ ਉੱਚੇ ਖਾਨਦਾਨ ਦੀ ਉੱਚੇ ਖੂਨ ਦੀ ਉੱਚੀ ਦੀ ਜ਼ੈਨਬ ਤੇਰੇ ਸਬਰ ਤੋਂ ਕੁਰਬਾਨ ਜਾਵਾ ਖਾਨਦਾਨ ਕੱਟਦਾ ਵੇਖਿਆ ਹੈ ਸੈਯਦ ਦੀ ਧੀ ਨੇ ਪਰਦਾ ਨਹੀਂ ਛੱਡਿਆ ਖਾਨਦਾਨ ਕੱਟਦਾ ਖਾਨਦਾਨ ਕੱਟਦਾ ਵੇਖਿਆ ਸੈਯਦ ਦੀ ਧੀ ਕਿਸੇ ਨੇ ਪੁੱਛ ਲਿਆ ਜ਼ੈਨਬ ਸਾਰਾ ਕੁਝ ਕੱਟ ਲਿਆ ਤੇ ਪਰਦਾ ਨਹੀਂ ਛੱਡਿਆ ਕਹਿਣ ਲੱਗੀ ਮੇਰੇ ਕੋਲ ਖਾਨਦਾਨ ਹੀ ਲੁੱਟਿਆ ਨਾਨੇ ਦਾ ਹਯਾ ਤੇ ਨਹੀਂ ਨਾ ਲੁੱਟਿਆ ਮਾਂ ਫਾਤਮਾ ਦਾ ਹਯਾ ਤੇ ਨਹੀਂ ਨਾ ਲੁੱਟਿਆ ਗਿਆ। ਔਰ ਇੱਥੇ ਮੈਂ ਸ਼ੇਰ ਪੜ੍ਹਦਾ ਹੁੰਦਾ ਹੈ ਅਲੀ ਦਾ ਗਰਾਨਾ ਆਮ ਗਰਾਨਾ ਤੇ ਨਹੀਂ ਨਾ ਅਲੀ ਕਾ ਘਰ ਵੀ ਕਿਆ ਘਰ ਹੈ ਜਿਸ ਘਰ ਕਾ ਹਰ ਇੱਕ ਬੱਚਾ ਜਿਸੇ ਦੇਖੋ ਸ਼ੇਰੇ ਖੁਦਾ ਮਲੂਮ ਮੀਆਂ ਮਾਮਾ ਬਾਬਾ ਮਾਦਰ